ਸਤਿ ਸ਼੍ਰੀ ਅਕਾਲ ਐਵਰੀਬਡੀ, ਕੀ ਹਾਲ ਚਾਲ? ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ। ਅਤੇ ਅੱਜ ਅਸੀਂ ਚੱਲੇ ਹਾਂ ਰੇੜੀ ਮਾਰਕੀਟ ਲਾਰੈਂਸ ਰੋਡ 'ਤੇ। ਜੇ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈੱਲ ਆਈਕਨ ਨੂੰ ਵੀ ਦਬਾ ਲਿਓ, ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਸਵੇਰ ਦੇ ਟਾਈਮ 'ਤੇ ਤਾਂ ਤੁਸੀਂ ਅੰਮ੍ਰਿਤਸਰੀ ਕੁਲਚਾ ਸਾਰਿਆਂ ਨੇ ਖਾਧਾ ਹੋਊਗਾ, ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਰਾਤ ਦੇ ਟਾਈਮ 'ਤੇ ਜੇ ਤੁਸੀਂ ਅੰਮ੍ਰਿਤਸਰੀ ਕੁਲਚਾ ਖਾਣਾ ਹੋਵੇ ਤਾਂ ਕਿੱਥੇ ਖਾ ਸਕਦੇ ਹੋ। ਤੁਸੀਂ ਰੇੜੀ ਮਾਰਕੀਟ ਲਾਰੈਂਸ ਰੋਡ ਆਓ ਅਤੇ ਉੱਥੇ ਅੰਮ੍ਰਿਤਸਰੀ ਕੁਲਚਾ ਰਾਤ ਨੂੰ ਇੰਜੋਏ ਕਰੋ। 9 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਤੁਸੀਂ ਆ ਸਕਦੇ ਹੋ ਉੱਥੇ, ਅਤੇ ਇਹ ਕਾਰਡ ਬਾਹਰ ਹੀ ਲੱਗੀ ਹੋਈ ਆ, ਤੁਸੀਂ ਆ ਕੇ ਇੱਥੇ ਇੰਜੋਏ ਕਰ ਸਕਦੇ ਹੋ। ਅਤੇ ਆਓ ਚੱਲਦੇ ਹਾਂ ਰੇੜੀ ਮਾਰਕੀਟ ਦੇ ਅੰਦਰਲੀ ਮਾਰਕੀਟ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਫੂਡ ਮਿਲ ਸਕਦਾ ਆ। ਰਾਤ ਨੂੰ ਇਹ 6-7 ਵਜੇ ਸਟਾਰਟ ਹੁੰਦੀ ਹੈ ਅਤੇ 12-1 ਵਜੇ ਤੱਕ ਚੱਲਦੀ ਹੈ। ਅਤੇ ਇੱਥੇ ਤੁਹਾਨੂੰ ਪੀਜ਼ਾ, ਬਰਗਰ, ਸੈਂਡਵਿਚ, ਸ਼ੇਕਸ, ਕੋਲਡ ਡਰਿੰਕਸ, ਡਰੈਗਨ ਰੋਲ, ਚੋਪਸੀ, ਨਿਊਡਲਸ, ਹਰ ਤਰ੍ਹਾਂ ਦਾ ਫਾਸਟ ਫੂਡ ਮਿਲ ਜਾਏਗਾ। ਐੱਗ ਰੋਲ, ਚਿਕਨ ਰੋਲ, ਮਲਾਈ ਟਿੱਕਾ, ਡੋਸਾ, ਪਾਓ ਭਾਜੀ, ਸਾਰਾ ਕੁਛ ਇੱਥੇ ਤੁਹਾਨੂੰ ਮਿਲੇਗਾ। ਅਤੇ ਜੇ ਤੁਸੀਂ ਵੈਜੀਟੇਰੀਅਨ ਹੋ, ਨੋਨ ਵੈਜੀਟੇਰੀਅਨ ਹੋ, ਤਾਂ ਇੱਥੇ ਆ ਕੇ ਤੁਸੀਂ ਫੂਡ ਇੰਜੋਏ ਕਰ ਸਕਦੇ ਹੋ। ਸਪੈਸ਼ਲੀ ਇਹ ਮਾਰਕੀਟ ਰਾਤ ਨੂੰ 6 ਵਜੇ ਤੋਂ 5-6 ਵਜੇ ਤੋਂ ਸਟਾਰਟ ਹੁੰਦੀ ਹੈ ਅਤੇ ਰਾਤ ਨੂੰ 12-1 ਵਜੇ ਤੱਕ ਚੱਲਦੀ ਹੈ। ਅਤੇ ਅਸੀਂ ਔਡਰ ਕੀਤਾ ਸੀ ਐੱਗ ਰੋਲ, ਐੱਗ ਚਿਕਨ ਰੋਲ, ਅਤੇ ਇੱਕ ਵਾਰੀ ਜਿੰਨੀ ਦੇਰ ਉਹ ਰੈਡੀ ਹੋ ਰਿਹਾ ਅਤੇ ਆ ਤੁਹਾਨੂੰ ਇੱਕ ਵਾਰੀ ਮਾਰਕੀਟ ਪੂਰੀ ਘੁਮਾ ਦਿੰਦਾ ਆ। ਮਲਾਈ ਚਾਪ, ਮਲਾਈ ਟਿੱਕਾ ਸਾਰਾ ਇੰਜੋਏ ਕਰ ਸਕਦੇ ਹੋ। ਅਤੇ ਆਓ ਚੱਲਦੇ ਹਾਂ, ਤੁਹਾਨੂੰ ਸਾਡਾ ਐੱਗ ਚਿਕਨ ਰੋਲ ਰੈਡੀ ਹੋ ਰਿਹਾ ਅਤੇ ਤੁਸੀਂ ਉਹਦੀ ਮੇਕਿੰਗ ਦੇਖ ਲਓ। ਅਤੇ ਨਾਲੇ ਜ਼ਰੂਰੀ ਨਹੀਂ ਹੈ ਕਿ ਇੱਥੇ ਤੁਸੀਂ ਆਣ ਕੇ ਚਿਕਨ ਰੋਲ ਹੀ ਖਾਣਾ ਹੈ, ਤੁਸੀਂ ਆਣ ਕੇ ਪਨੀਰ ਰੋਲ ਵੀ ਖਾ ਸਕਦੇ ਹੋ, ਚਾਂਪ ਰੋਲ ਵੀ ਖਾ ਸਕਦੇ ਹੋ, ਲਾਗੇ ਹੀ ਕਾਰਟ ਲੱਗੀ ਹੁੰਦੀ ਹੈ ਅਤੇ ਇੱਕ ਵਾਰੀ ਆ ਕੇ ਵਿਜ਼ਿਟ ਕਰਕੇ ਤੁਸੀਂ ਇੰਜੋਏ ਕਰੋ। ਇਹ ਪੈਂਦੀ ਆ ਮਾਰਕੀਟ ਲਾਰੈਂਸ ਰੋਡ ਤੋਂ, ਨੋਵਲਟੀ ਤੋਂ ਆ ਕੇ ਤੁਸੀਂ ਕ੍ਰਿਸਟਲ ਚੌਂਕ ਜਾਓਗੇ, ਕ੍ਰਿਸਟਲ ਚੌਂਕ 'ਚ ਮਾਰਕੀਟ ਲੱਗਦੀ ਹੈ ਰੇੜੀ ਮਾਰਕੀਟ ਦੇ ਨਾਮ ਤੋਂ, ਲਾਰੈਂਸ ਰੋਡ ਅੰਮ੍ਰਿਤਸਰ। ਥੈਂਕ ਯੂ ਸੋ ਮਚ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬੈੱਲ ਆਈਕਨ ਨੂੰ ਵੀ ਦਬਾ ਲਿਓ, ਕਿਉਂਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਲਦੀ ਮਿਲ ਸਕੇ। ਅਤੇ ਬਾਹਰਲੀ ਸਾਈਡ 'ਤੇ ਲੱਗਾ ਹੋਇਆ ਸਾਰਾ ਨੋਨ ਵੈੱਜ ਦਾ ਸਮਾਨ, ਜਿਵੇਂ ਕਿ ਤੁਸੀਂ ਤੰਦੂਰੀ ਚਿਕਨ, ਫਿਸ਼ ਵਗੈਰਾ ਸਾਰਾ ਦੇਖ ਰਹੇ ਹੋ, ਇਹ ਸਮਾਨ ਮਿਲ ਜਾਏਗਾ ਤੁਹਾਨੂੰ। ਅਤੇ ਜਾਂਦੇ ਹੋਏ ਇੱਕ ਆਈਸਕ੍ਰੀਮ ਦੀ ਦੁਕਾਨ ਵੀ ਆ ਇੱਥੇ ਵੱਖਰੇ ਵੱਖਰੇ ਫਲੇਵਰ ਦੀ, ਤਾਂ ਤੁਸੀਂ ਇੰਜੋਏ ਕਰ ਸਕਦੇ ਹੋ। ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਡੀਓ ਨੂੰ ਦੇਖਣ ਲਈ ਥੈਂਕ ਯੂ ਸੋ ਮਚ।